ਡਾਕਟਰ ਸਾਹਿਬ ਜਿਹੜਾ ਅਸੀਂ ਫਾਈਨਲ ਇਸ ਤੋਂ ਬਾਅਦ ਸਬਜੈਕਟ ਟੱਚ ਕਰਨਾ ਚਾਹੁੰਦੇ ਹਾਂ ਉਹ ਮੈਂ ਚਾਹੁੰਦਾ ਵੀ ਸਾਰੇ ਬੰਦੇ ਅਲਰਟ ਹੋ ਗਏ ਜਦ ਆਪਾਂ ਇੱਥੋਂ ਨਿਕਲੀਏ ਹਰੇਕ ਬੰਦੇ ਨੂੰ ਆਉਂਦਾ ਹੋਣਾ ਚਾਹੀਦਾ ਤਾਂ ਫਾਇਦਾ ਸਾਡੀ ਇਸ ਮੀਟਿੰਗ ਦਾ ਐਂ ਡਾਕਟਰ ਸਾਹਿਬ ਜਿਹੜਾ ਕਿਸੇ ਵੀ ਡਿਵੈਲਪਡ ਕੰਟਰੀ ਆਪਣੇ ਸਭ ਚੋਂ ਬਹੁਤ ਲੋਕ ਇੱਥੇ ਬੈਠੇ ਹੋਣਗੇ ਜਿਹਨਾਂ ਦੇ ਬੱਚੇ ਕਿਸੇ ਦੇ ਕੈਨੇਡਾ ਜਾਂ ਕਿਸੇ 'ਚ ਅਮੈਰੀਕਾ 'ਚ ਉੱਥੇ 10ਵੀਂ ਕਲਾਸ ਤੋਂ ਇੱਕ ਸਬਜੈਕਟ ਸ਼ੁਰੂ ਕੀਤਾ ਜਾਂਦਾ ਹੈ ਜਿਹਨੂੰ ਸੀ ਪੀ ਆਰ ਕਹਿੰਦੇ ਹਨ ਕਾਰਡੀਓ ਪਲਮਨਰੀ ਰੈਸਸੀਏਸ਼ਨ ਇਹ ਇੱਕ ਤਕਨੀਕ ਹੈ ਜਿਹਦੇ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ ਪਰ ਪ੍ਰੋਬਲਮ ਕੀ ਹੈ ਨਾ ਤਾਂ ਸਾਨੂੰ ਆਉਂਦੀ ਹੈ ਨਾ ਹੀ ਇੱਥੇ ਸਿਖਾਉਣ ਦਾ ਕੋਈ ਪ੍ਰਬੰਧ ਹੈ ਤਾਂ ਮੈਂ ਅੱਜ ਮੇਰਾ ਮੇਨ ਅੱਜ ਦਾ ਜਿਹੜਾ ਟੋਪਿਕ ਹੈ ਜਿਹੜਾ ਮੈਂ ਦਿਲ ਨਾਲ ਮੇਰੇ ਕਨੈਕਟਡ ਹੈ ਔਰ ਮੈਂ ਚਾਹੁੰਦਾ ਹਰੇਕ ਬੰਦਾ ਸਿੱਖ ਲੇ ਉਹ ਇਹੀ ਟੋਪਿਕ ਹੈ ਡਾਕਟਰ ਸਾਹਿਬ ਇੰਜ ਹੈ ਮੰਨ ਲਓ ਰੱਬ ਨਾ ਕਰੇ ਕਿਸੇ ਦੇ ਘਰ ਜਾਂ ਕਿਸੇ ਦੇ ਪੜੋਸ ਇੱਕਦਮ ਬੰਦਾ ਸੀਰੀਅਸ ਹੋ ਜੇ ਬੇਹੋਸ਼ ਹੋ ਜੇ ਤੁਸੀਂ ਕੀ ਕਰੋਗੇ ਡਾਕਟਰ ਸਾਹਿਬ ਕਿਆ ਤੁਸੀਂ ਉਮੀਦ ਕਰਦੇ ਹੋ ਕਿ ਉੱਥੇ ਤੁਹਾਡੇ ਕੋਲ 5 ਮਿੰਟ 'ਚ ਐਂਬੂਲੈਂਸ ਆ ਜਾਏਗੀ ਤੁਹਾਨੂੰ ਚੁੱਕ ਕੇ ਲੈ ਜਾਏਗੀ ਹਸਪਤਾਲ 'ਚ ਤੁਹਾਨੂੰ ਜਾਂਦੇ ਹੀ ਡਾਕਟਰ ਖੜੇ ਮਿਲਣਗੇ ਉਹ ਇਲਾਜ ਕਰਨ ਐਸਾ ਹੋਏਗਾ ਕਦੀ ਐਸਾ ਕਦੀ ਨਹੀਂ ਹੋਏਗਾ ਔਰ ਉਸ ਉਹ ਬੇਹੋਸ਼ ਹੋਣ ਵਾਲੇ ਬੰਦਿਆਂ 'ਚ ਇੱਕ ਦਿਨ ਆਪਾਂ ਵੀ ਹੋਵਾਂਗੇ ਡਾਕਟਰ ਸਾਹਿਬ ਬੱਸ ਸਟੈਂਡ ਤੇ ਖੜਾ ਬੰਦਾ ਕਈ ਵਾਰੀ ਫੇਂਟ ਹੋ ਜਾਂਦਾ ਉਹਨੂੰ ਕੋਈ ਚੁੱਕਦਾ ਨਹੀਂ ਸਾਡੇ ਸਰਹੰਦ ਮੈਂ ਚਲੋ ਨਾ ਨਹੀਂ ਲੈ ਸਕਦਾ ਪਰ ਹਫਤਾ ਪਹਿਲਾਂ ਹੀ ਇੱਕ ਬੰਦਾ ਆਪਣੇ ਦੁਕਾਨ ਚੋਂ ਨਿਕਲਿਆ ਹੈਗਾ ਮੋਟਰਸਾਈਕਲ ਤੇ ਬਸ ਜਾਂਦੇ ਜਾਂਦੇ ਗਿਰਿਆ ਸਿਰ ਹੈਡ ਇੰਜਰੀ ਹੋਈ ਹੈ ਨਾਲ ਦਾ ਡੈਥ ਹੋ ਕਿਸੇ ਨੇ ਨਹੀਂ ਚੁੱਕਿਆ ਉਹਨੂੰ 10-15 ਮਿੰਟ ਇਹ ਕੋਈ ਬਹੁਤ ਜ਼ਿਆਦਾ ਵੱਧ ਰਹੀ ਹੈ ਰੋਜ਼ ਕੋਈ ਨਾ ਕੋਈ ਪੇਸ਼ੈਂਟ ਆਪਾਂ ਨੂੰ ਸੁਣਨ ਨੂੰ ਮਿਲਦਾ ਵੀ ਹਾਰਟ ਦੀ ਪ੍ਰੋਬਲਮ ਸੀਗੀ ਉਹਦੀ ਡੈਥ ਹੋ ਗਈ ਤੇ ਕੋਈ ਵੀ ਆਪਾਂ ਨੂੰ ਬੰਦਾ ਮਿਲ ਸਕਦਾ ਹੈ ਜਿਹਨੂੰ ਹਾਰਟ ਦੀ ਪ੍ਰੋਬਲਮ ਹੈ ਕਿਸੇ ਨੂੰ ਵੀ ਕਿਤੇ ਵੀ ਪ੍ਰੋਬਲਮ ਆ ਸਕਦੀ ਹੈ ਸਭ ਤੋਂ ਪਹਿਲੀ ਗੱਲ ਹੈ ਜਦੋਂ ਤੁਹਾਨੂੰ ਕੋਈ ਇਹੋ ਜਿਹਾ ਪੇਸ਼ੈਂਟ ਦਿਖਦਾ ਕਿ ਸਡਨਲੀ ਉਹ ਇੱਕਦਮ ਫੇਂਟ ਹੋ ਗਿਆ ਗਿਰ ਗਿਆ ਮਤਲਬ ਸੜਕ ਤੇ ਜਾਂਦਾ ਜਾਂਦਾ ਗਿਰ ਗਿਆ ਤਾਂ ਸਭ ਤੋਂ ਪਹਿਲਾਂ ਕੰਮ ਤੁਸੀਂ ਇਹੀ ਕਰਨਾ ਕਿ ਉਹਨੂੰ ਪਹਿਲਾਂ ਚੱਕ ਕੇ ਕਿਸੇ ਸੇਫ ਜਗ੍ਹਾ 'ਤੇ ਲੈ ਜਾਓ ਕਿਉਂਕਿ ਸੜਕ 'ਤੇ ਗੱਬੇ ਕਰਾਂ ਕੱਲ੍ਹ ਨੂੰ ਕੋਈ ਦੁਰਘਟਨਾ ਵੀ ਹੋ ਸਕਦੀ ਪਹਿਲਾਂ ਉਹਨੂੰ ਸਾਈਡ 'ਤੇ ਲੈ ਕੇ ਜਾਓ ਸੇਫ ਜਗ੍ਹਾ 'ਤੇ ਫਿਰ ਜਿੱਥੇ ਵੀ ਲੈ ਕੇ ਜਾਣਾ ਹੈ ਉੱਥੇ ਤੁਸੀਂ ਜਗ੍ਹਾ ਦੇਖਣੀ ਉਹ ਸਟੇਟ ਹੋਣੀ ਚਾਹੀਦੀ ਔਰ ਹਾਰਡ ਹੋਣੀ ਚਾਹੀਦੀ ਹੈ ਜਿਵੇਂ ਹੁਣ ਆਪਾਂ ਆਪਣੇ ਜਗਜੀਤ ਜੀ ਨੂੰ ਲਟਾਇਆ ਤਾਂ ਚਲੋ ਗੱਦਾ ਹੈ ਤੁਹਾਨੂੰ ਦੱਸਣ ਲਈ ਹੈ ਪਰ ਉਹਨੂੰ ਆਪਾਂ ਹਾਰਡ ਜਗ੍ਹਾ 'ਤੇ ਲਟਾਉਣਾ ਜੇ ਨੀਚੇ ਸੋਫਟ ਗੱਦਾ ਹੈ ਸੋਫਟ ਜਗ੍ਹਾ ਕਿਸੇ ਕੱਚੀ ਮਿੱਟੀ ਵਾਲੀ ਜਗ੍ਹਾ 'ਤੇ ਲਟਾ ਲਿਆ ਆਪਾਂ ਜਿੰਨਾ ਆਪਾਂ ਉੱਪਰੋਂ ਵਜਨ ਦੇਵਾਂਗੇ ਉੰਨਾ ਜਿਹੜਾ ਪੇਸ਼ੈਂਟ ਉਹ ਥੱਲੇ ਨੂੰ ਦੱਬ ਜੂਗਾ ਤੁਹਾਡਾ ਉੰਨਾ ਪ੍ਰੈਸ਼ਰ ਨਹੀਂ ਆਏਗਾ ਅਤੇ ਆਪਣੀ ਪੰਪਿੰਗ ਪ੍ਰੋਪਰ ਨਹੀਂ ਹੋਏਗੀ ਸਖ਼ਤ ਜਗ੍ਹਾ 'ਤੇ ਲਟਾਉਣਾ ਬਿਲਕੁਲ ਸਿੱਧਾ ਲਟਾਉਣਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੀ ਹੈ ਆਪਣੇ ਸਾਰੇ ਸਿਮਟਮ ਚੈੱਕ ਕਰਨੇ ਆ ਪੇਸ਼ੈਂਟ ਨੂੰ ਬੁਲਾ ਕੇ ਦੇਖਣਾ ਉਹਦੀ ਕੈਰੋਟਿਡ ਆਰਟਰੀ 'ਤੇ ਹੱਥ ਲਾ ਕੇ ਦੇਖਣਾ ਪਹਿਲਾਂ ਤੁਸੀਂ ਦੇਖੋ ਵੀ ਆਪਣੇ ਸਾਰਿਆਂ ਦੇ ਹੱਥ ਲਾ ਕੇ ਦੇਖੋ ਵੀ ਤੁਹਾਨੂੰ ਫੀਲ ਹੁੰਦੀ ਹੈ ਤੁਸੀਂ ਜਿਹਨੂੰ ਨਹੀਂ ਫੀਲ ਹੁੰਦੀ ਮੈਨੂੰ ਦੱਸੋ ਮੈਂ ਆ ਕੇ ਦੱਸੂੰਗਾ ਉਹਨੂੰ ਸਮਝਾਵਾਂਗਾ ਉਹਨਾਂ ਨੂੰ ਆਪਣੇ ਚੈੱਕ ਕਰੋ ਤੁਸੀਂ ਸਾਰੇ ਜਾਣੇ ਇੱਥੇ ਆਹ ਹੱਡੀ ਆਪਣੀ ਇਹਦੇ ਸਾਈਡ 'ਤੇ ਜਦੋਂ ਆਪਾਂ ਥੋੜ੍ਹਾ ਡੀਪਲੀ ਪ੍ਰੈਸ ਕਰਦੇ ਹਾਂ ਤੁਸੀਂ ਫੀਲ ਹੁੰਦੀ ਹੈ ਆਪਾਂ ਨੂੰ ਠੀਕ ਹੈ ਸਰ ਸਾਰਿਆਂ ਨੂੰ ਫੀਲ ਹੋ ਰਹੀ ਹੈ ਨਹੀਂ ਫੀਲ ਹੋ ਰਹੀ ਆ ਜਾ ਬੱਚਾ ਆ ਜਾ ਤੈਨੂੰ ਮੈਂ ਦੱਸ ਦਿੰਦਾ ਆ ਜਾ ਆ ਜਾ ਆ ਜਾ ਵੈਰੀ ਗੁੱਡ ਬਹੁਤ ਵਧੀਆ ਗੱਲ ਹੈ ਇੱਥੇ ਖੜੇ ਹੋ ਤਿੰਨ ਉਂਗਲੀਆਂ ਕਰੋ ਇੱਧਰ ਦੇਖੋ ਸਰ ਸੰਦਰ ਦੇਖ ਇੱਧਰ ਸਿੱਧੇ ਇੱਧਰ ਕੈਮਰੇ ਵੱਲ ਕੈਮਰੇ ਵੱਲ ਮੇਰੇ ਕੋਲ ਫਿਰ ਨੀਚੇ ਦਾ ਕਰਨਾ ਹੈ ਆਪਣੇ ਇੱਥੇ ਮੇਰੇ ਨਾਲ ਡਰੀ ਕਰਦੇ ਨਹੀਂ ਹੁਣ ਆਪਣੇ ਦੇਖ ਓਕੇ ਕਰ ਗਿਆ ਪਤਾ ਠੀਕ ਹੈ ਜੀ ਪਹਿਲਾਂ ਫਿਰ ਆਪਾਂ ਆਰਟਰੀ ਚੈੱਕ ਕਰਨੀ ਹੈ ਤੁਹਾਨੂੰ ਨਹੀਂ ਫੀਲ ਹੋ ਰਹੀ ਤਾਂ ਇੱਕ ਮੀਨ ਕਿ ਜਿਹੜਾ ਪੇਸ਼ੈਂਟ ਦਾ ਹਾਰਟ ਹੈ ਉਹਨੇ ਵਰਕ ਕਰਨਾ ਬੰਦ ਕਰਤਾ ਅਤੇ ਉਸ ਤੋਂ ਬਾਅਦ ਕੀ ਹੈ ਜਿਵੇਂ ਡਾਕਟਰਾਂ ਨੇ ਸਮਝਾਇਆ ਹੀ ਹੈ ਸਾਰੇ ਸਟੈਪ ਤੁਹਾਨੂੰ ਪੇਸ਼ੈਂਟ ਨੂੰ ਸਿੱਧਾ ਲਟਾ ਲੈਣਾ ਇਹਦੇ ਵਿੱਚ ਡਾਕਟਰ ਤੁਹਾਡੇ ਹੱਥਾਂ ਦੀ ਪੁਜੀਸ਼ਨ ਬੜੀ ਮੈਟਰ ਕਰਦੀ ਹੈ ਜਿਹੜੀ ਹੱਥਾਂ ਦੀ ਪੁਜੀਸ਼ਨ ਹੈ ਤੁਹਾਡੀ ਉਹ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਤੁਸੀਂ ਹੱਥ ਸਿੱਧਾ ਰੱਖਣਾ ਜੀ ਇਹਦੇ ਵਿੱਚ ਉਂਗਲੀਆਂ ਪਾਉਣੀ ਅਤੇ ਜਦੋਂ ਤੁਸੀਂ ਇਹਨੂੰ ਉੱਥੇ ਆਪਣੀ ਛਾਤੀ 'ਤੇ ਟੱਚ ਕਰਨਾ ਜਿਹੜੀਆਂ ਤੁਹਾਡੀਆਂ ਆਹ ਉਂਗਲੀਆਂ ਨੇ ਇਹ ਛਾਤੀ 'ਤੇ ਟੱਚ ਨਹੀਂ ਹੋਣੀਆਂ ਚਾਹੀਦੀਆਂ ਇਹ ਹਵਾ 'ਚ ਹੋਣੀ ਚਾਹੀਦੀਆਂ ਤੁਹਾਡਾ ਸਾਰਾ ਜਿਹੜਾ ਵਜਨ ਹੈ ਇੱਥੇ ਹੋਣਾ ਚਾਹੀਦਾ ਪੂਰੀ ਬਾਡੀ ਨਾਲ ਅਤੇ ਜਦੋਂ ਆਪਾਂ ਇਹਨੂੰ ਪ੍ਰੈਸ ਕਰਨਾ ਹੈ ਅਤੇ ਆਪਣੇ ਜਿਹੜੇ ਹੱਥ ਨੇ ਅਤੇ ਆਹ ਮੋਢੇ ਦੋਨੋਂ ਇੱਕੋ ਲਾਈਨ 'ਚ ਚਾਹੀਦੇ ਨੇ ਆ ਸਿੱਧੇ ਐ ਨਹੀਂ ਹੋਣੇ ਚਾਹੀਦੇ ਐ ਨਹੀਂ ਹੋਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਬਿਲਕੁਲ ਸਟ੍ਰੇਟ ਹੋਣਾ ਚਾਹੀਦਾ ਤਾਂ ਹੀ ਤੁਹਾਡਾ ਪ੍ਰੋਪਰ ਵਜਨ ਆਊਗਾ ਇਸ ਠੀਕ ਹੈ ਜੀ ਅਤੇ ਜਿਹੜਾ ਪੇਸ਼ੈਂਟ ਲੇਟਿਆ ਹੋਇਆ
ਉਹਦੇ ਬਿਲਕੁਲ ਸਾਹਮਣੇ ਆ ਗੋਡੇ ਰੱਖ ਲੈਣੇ ਠੀਕ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਰੱਖਣਾ ਆਹ ਰੱਖ ਲਿਆ ਜੀ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਇਕੱਲੇ ਜ਼ਿਆਦਾ ਦੇਰ ਨਹੀਂ ਕਰ ਪਾਉਂਦੇ ਜਦੋਂ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਨਾਲ ਦੀ ਨਾਲ ਇੱਕ ਬੰਦਾ ਤਿਆਰ ਕਰ ਲੈਣਾ ਆਪਣੇ ਜੇ ਉਹਨੂੰ ਨਹੀਂ ਆਉਂਦਾ ਉਹਨੂੰ ਕਹਿਣਾ ਧਿਆਨ ਨਾਲ ਦੇਖਣਾ ਵੀ ਮੈਂ ਕੀ ਕਰ ਰਿਹਾ ਅਤੇ ਬਾਅਦ ਤੂੰ ਕਰਨਾ ਤਾਂ ਕਿ ਉਹ ਨਾਲ ਦੀ ਨਾਲ ਨੋਟ ਕਰ ਲਿਓ ਤੁਸੀਂ ਕਿਉਂਕਿ ਇਕੱਲਾ ਬੰਦਾ ਜ਼ਿਆਦਾ ਦੇਰ ਨਹੀਂ ਕਰ ਸਕਦਾ ਉਹ ਦੋ ਵਾਰ ਕਰ ਲਊਗਾ ਲਗਾਤਾਰ ਚਾਰ ਵਾਰ ਕਰ ਲਊਗਾ ਪੰਜ ਵਾਰ ਕਰ ਲਊਗਾ ਨਾਲ ਦੇ ਨਾਲ ਥੱਕ ਜਾਏਗਾ ਜ਼ਿਆਦਾ ਦੇਰ ਨਹੀਂ ਕਰੇਗਾ ਇਸ ਕਰਕੇ ਦੋ ਬੰਦਿਆਂ ਨੂੰ ਕਰਨਾ ਪਊਗਾ ਸਾਹ ਲੈ ਲੈ ਕੇ ਜਦੋਂ ਇੱਕ ਬੰਦਾ ਕਰ ਰਿਹਾ ਦੂਜਾ ਸਾਹ ਲੈ ਲੂਗਾ ਦੂਜਾ ਕਰੂਗਾ ਦੂਜਾ ਸਾਹ ਲੈ ਲੂਗਾ ਇਸ ਕਰਕੇ ਦੋਨਾਂ ਨੇ ਰਲ ਮਿਲ ਕੇ ਕੰਮ ਕਰਨਾ ਪੈਣਾ ਇੱਕ ਬੰਦਾ ਕਦੇ ਨਹੀਂ ਕਰ ਸਕਦਾ ਕੰਟੀਨਿਊਲੀ ਕਿਉਂਕਿ ਇਹ ਜ਼ੋਰ ਵਾਲਾ ਕੰਮ ਹੈ ਸਪੀਡ ਵਾਲਾ ਕੰਮ ਹੈ ਬੰਦਾ ਛੇਤੀ ਥੱਕ ਜਾਂਦਾ ਜਿਵੇਂ ਤੁਹਾਨੂੰ ਦੱਸਿਆ ਡਾਕਟਰ ਸਾਹਿਬ ਨੇ ਹੱਥ ਇਸ ਤਰ੍ਹਾਂ ਬਿਲਕੁਲ ਸਟੇਟ ਆਹ ਪੋਜੀਸ਼ਨ ਹੋਣੀ ਚਾਹੀਦੀ ਹੈ ਆਪਣੇ ਮੋਢੇ ਅਤੇ ਹੱਥ ਦੋਨੋਂ ਇੱਕੋ ਲਾਈਨ 'ਚ ਅਤੇ ਜਦੋਂ ਆਪਾਂ ਜ਼ੋਰ ਲਾਉਣਾ ਹੈ ਤਾਂ ਕੋਈ ਐਂ ਮੁੰਡਣੀ ਨਹੀਂ ਚਾਹੀਦੀ ਜੇ ਮੁੜ ਗਈ ਤਾਂ ਤੁਹਾਡਾ ਜਿਹੜਾ ਵਜਨ ਹੈ ਉਹ ਨਹੀਂ ਪਏਗਾ ਪ੍ਰੋਪਰ ਸਿੱਧਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀਹ ਤੀਹ ਵਾਰ ਕਰਨ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਠੋਡੀ ਚੱਕਣੀ ਹੈ ਮੂੰਹ ਖੋਲ੍ਹਣਾ ਨੱਕ ਬੰਦ ਕਰਨਾ ਜਿਹੜਾ ਮੂੰਹ ਰਾਹੀਂ ਸਾਹ ਦੇਣਾ ਤੁਸੀਂ ਜਦੋਂ ਮੂੰਹ ਨਾਲ ਮੂੰਹ ਜੋੜਨਾ ਉਦੋਂ ਵੀ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਵੀ ਜਿਹੜਾ ਮੂੰਹ ਦੇ ਨਾਲ ਮੂੰਹ ਲੌਕ ਕਰਨਾ ਉਹ ਪੂਰਾ ਐਂ ਲੌਕ ਹੋਣਾ ਚਾਹੀਦਾ ਕਿਸੇ ਪਾਸੇ ਤੋਂ ਵੀ ਹਵਾ ਲੀਕ ਨਹੀਂ ਹੋਣੀ ਚਾਹੀਦੀ ਪੂਰਾ ਲੌਕ ਕਰਕੇ ਫੂਕ ਮਾਰਨੇ ਤੁਸੀਂ ਜੇ ਕਿਤੇ ਵੀ ਲੂਜ਼ ਰਹਿ ਗਿਆ ਤਾਂ ਤੁਹਾਡੀ ਸਾਰੀ ਹਵਾ ਬਾਹਰ ਨਿਕਲ ਜਾਣੀ ਪੇਸ਼ੈਂਟ ਦੇ ਅੰਦਰ ਵੀ ਜਾਣੀ ਪੂਰਾ ਲੌਕ ਕਰਕੇ ਦੇਣਾ ਜਿਵੇਂ ਹਾਈਜਨ ਮੇਨਟੇਨ ਕਰਨ ਲਈ ਡਾਕਟਰ ਨੇ ਕਿਹਾ ਵੀ ਇੱਕ ਰੁਮਾਲ ਰੱਖ ਲਓ ਰੁਮਾਲ ਰੱਖ ਕੇ ਪੂਰਾ ਲੌਕ ਕਰਕੇ ਫਿਰ ਜ਼ੋਰ ਨਾਲ ਦੋ ਵਾਰ ਫੂਕ ਮਾਰੋ ਫਿਰ ਉਸਨੇ ਤੀਹ ਵਾਰ ਇਸ ਤਰ੍ਹਾਂ ਕੰਟੀਨਿਊ ਕਰਨਾ ਜਦੋਂ ਇੱਕ ਬੰਦਾ ਥੱਕ ਗਿਆ ਨਾਲ ਦੀ ਨਾਲ ਦੂਜੇ ਪਾਸੇ ਦੂਆ ਬੰਦਾ ਬੈਠਾ ਉਹ ਸ਼ੁਰੂ ਕਰ ਦੇਵੇ ਤੁਸੀਂ ਸਾਹ ਲੈ ਲਓ ਇਸ ਤਰ੍ਹਾਂ ਕੰਟੀਨਿਊਲੀ ਕਰਦੇ ਰਹਿਣਾ ਜਦ ਤੱਕ ਤੁਹਾਡੀ ਕੋਈ ਹੈਲਪ ਨਹੀਂ ਆ ਜਾਂਦੀ ਐਂਬੂਲੈਂਸ ਆ ਜਾਵੇ ਜਾਂ ਕੋਈ ਡਾਕਟਰ ਆ ਜਾਵੇ ਜਿਵੇਂ ਮਸ਼ੀਨ ਬਾਰੇ ਦੱਸੇਗਾ ਡਿਫੀਬਿਲੇਟਰ ਉਹ ਆ ਜਾਵੇ ਇਸ ਤਰ੍ਹਾਂ ਆਪਾਂ ਕਿਸੇ ਵੀ ਬੰਦੇ ਦੀ ਜਾਨ ਬਚਾ ਸਕਦੇ